ਲਾਨ ਗਏ ਸੀ ਤੇ 14 ਸਾਲ ਪਹਿਲਾਂ ਗਏ ਸੀ ਉਹਨਾਂ ਨੂੰ ਉੱਥੇ ਹਾਰਟ ਅਟੈਕ ਹੋ ਗਿਆ ਸ਼ਾਇਦ ਉਹਨਾਂ ਨੂੰ 4 ਦਿਨ ਹੋ ਗਏ ਉਹਨਾਂ ਦੇ ਬਾਡੀ ਦੀ ਵੇਟ ਕਰਦੇ ਮੇਰੇ ਪਾਪਾ ਇਕੱਲੇ ਕਮਾਉਣ ਵਾਲੇ ਸੀ ਘਰ 'ਚ ਮੇਰੇ 2 ਭੈਣ ਭਰਾ ਛੋਟੇ ਨੇ ਮੈਂ ਵੱਡੀ ਹਾਂ ਮੈਂ ਵਿਆਹੀ ਹੋਈ ਹਾਂ मैं ही मांग कर दिया कि मेरे पापा दी बॉडी घर आ जाए तो हमारी थोड़ी बहुत ही मदद की जाए इन्ने अमीर नहीं है कि आप अम्मा उन्होंने बॉडी घर मंगवा सकी मेरे पापा लिवलान गए सी 14 साल पहला गए सी उन्होंने उत्थे हार्ट अटैक हो गया शायद 10 तरीक नूं ਉਹਨਾਂ ਨੂੰ 4 ਦਿਨ ਹੋ ਗਏ ਉਹਨਾਂ ਦੀ ਬਾਡੀ ਦੀ ਵੇਟ ਕਰਦੇ ਆ ਪਲੀਜ਼ ਸਾਡੀ ਮਦਦ ਕੀਤੀ ਜਾਵੇ ਕਿੰਨੇ ਮਿੰਟ ਹੋ ਕੋਈ ਤਿੰਨ ਭੈਣ ਭਰਾਵਾਂ ਮੈਂ ਵੀ ਆਈ ਮੇਰੇ ਪਾਪਾ ਇਕੱਲੇ ਕਮਾਉਣ ਵਾਲੇ ਸੀ ਘਰ 'ਚ ਮੇਰੇ 2 ਭੈਣ ਭਰਾ ਛੋਟੇ ਨੇ ਮੈਂ ਵੱਡੀ ਹਾਂ ਮੈਂ ਵਿਆਹੀ ਹੋਈ ਹਾਂ ਕੀ ਮੰਗ ਕਰਦੀ ਜੀ ਸਮਾਜ ਸੇਵਕ ਦੇ ਹੋ ਸਰਕਾਰ ਮੈਂ ਹੀ ਮੰਗ ਕਰਦੀ ਹਾਂ ਕਿ ਮੇਰੇ ਪਾਪਾ ਦੀ ਬਾਡੀ ਘਰ ਆ ਜਾਏ ਤਾਂ ਸਾਡੀ ਥੋੜ੍ਹੀ ਬਹੁਤੀ ਮਦਦ ਕੀਤੀ ਜਾਵੇ ਅਸੀਂ ਇੰਨੇ ਅਮੀਰ ਨਹੀਂ ਹੈ ਕਿ ਆਪ ਅੰਮਾ ਉਹਨਾਂ ਦੀ ਬਾਡੀ ਘਰ ਮੰਗਵਾ ਸਕੀਏ ਆਪਣੇ ਕੋਲੋਂ ਖਰਚੇ ਕਰਕੇ ਮੰਗਵਾ ਸਕੀਏ ਮੇਰੇ ਘਰ ਵਾਲੇ ਹੀ 14 ਸਾਲ ਹੋ ਗਏ ਉਹਨਾਂ ਨੂੰ ਗਿਆ ਬਾਹਰ 2-3 ਸਾਲ 3-4 ਸਾਲ ਉਹਨਾਂ ਖਤ ਹੋ ਖਰਚਾ ਭੇਜਿਆ ਥੋੜ੍ਹਾ ਬਹੁਤਾ ਫੜ ਕੇ ਉਦੋਂ ਦੇ ਇਸ ਤਰ੍ਹਾਂ ਹੀ ਹੁਣ ਸਾਡੀ ਹੈਲਪ ਕੀਤੀ ਜਾਏ ਉਹਨਾਂ ਨੂੰ ਮੰਗਵਾਇਆ ਜਾਏ ਇੱਧਰ ਕੋਈ ਸਰਕਾਰੀ ਅਧਿਕਾਰੀ ਕੋਈ ਆਇਆ ਤੁਹਾਡੇ ਘਰ ਨਹੀਂ ਅਜੇ ਕੋਈ ਨਹੀਂ ਆਇਆ ਜੇ ਤਾਂ ਸਮਾਜ ਸੇਵੀ ਦੀ ਸਹਾਇਤਾ ਕਰਦੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਅਸੀਂ ਇਹੋ ਮੰਗ ਕਰਨੇ ਆ ਵੀ ਉਹਨਾਂ ਨੂੰ ਇੱਧਰ ਲਿਆਂਦਾ ਜਾਏ ਅਸੀਂ ਉਹਨਾਂ ਨੂੰ ਵੇਖ ਸਕੀਏ ਕਿੰਨੀ ਉਮਰ ਸੀ ਉਹਨਾਂ ਦੀ ਉਮਰ ਹੋਣੀ 40-45 ਸਾਲ 45 ਇੱਕ ਪਤਾ ਨਹੀਂ 50 ਮੈਨੂੰ ਯਾਦ ਨਹੀਂ ਇੰਨੀ ਕੀ 50 ਸਾਲ ਹੈ ਕਿੰਨੇ ਬੱਚੇ ਤੁਹਾਡੇ ਮੇਰੇ 3 ਬੱਚੇ 2 ਬੇਟੀਆਂ 1 ਬੇਟਾ ਬੇਟਾ ਮੇਰਾ ਛੋਟਾ ਹੈ ਹਜੇ ਇੰਨੇ ਖਰਚੇ ਚੁੱਕਣ ਜੋਗਾ ਨਹੀਂ ਕੋਈ ਗਿਆ ਬੱਚਾ ਬੇਟੀ ਵੀ ਆਈ ਹਾਂਜੀ ਮੈਂ ਬਲਦੀਪ ਕੌਰ ਆਮ ਆਦਮੀ ਪਾਰਟੀ ਵਰਕਰ ਸਾਡਾ ਪਿੰਡ ਨੰਗਲ ਬਾਗ ਬਣਾ ਵਿੱਚ ਨਾ 4 ਦਿਨ ਪਹਿਲਾਂ ਮਤਲਬ ਕਿ ਬਾਹਰ ਗਈ ਭਾਜੀ ਗੁਰਮੁਖ ਸਿੰਘ ਉਹਨਾਂ ਦੀ ਡੈਥ ਹੋ ਗਈ ਆ ਅਤੇ ਉਹ ਮਤਲਬ ਘਰੋਂ ਬਹੁਤ ਹੀ ਜ਼ਿਆਦਾ ਮਤਲਬ ਗਰੀਬ ਮਜਬੂਰੀ ਕਰਕੇ ਗਏ ਸੀਗੇ ਘਰੋਂ ਕੰਮ ਕਰਨ ਵਾਸਤੇ ਅਤੇ ਬੱਚੇ ਛੋਟੇ ਨੇ ਇੱਕ ਬੇਟੀ ਦੀ ਸ਼ਾਦੀ ਹੋਈ ਅਤੇ 2 ਬੱਚੇ ਜਿਹੜੇ ਛੋਟੇ ਨੇ ਅਤੇ ਉਹਨਾਂ ਦੇ ਕੋਲ ਮਤਲਬ ਕਿ ਆਰਥਿਕ ਤੰਗੀ ਹੋਣ ਕਰਕੇ ਉਹ ਡੈਡ ਬੋਡੀ ਨੂੰ ਨਹੀਂ ਮੰਗਵਾ ਸਕਦੇ ਅਤੇ ਕਿਰਪਾ ਕਰਕੇ ਮੇਰੀ ਸਰਕਾਰ ਅੱਗੇ ਅਪੀਲ ਹੈ ਐਨ ਆਰ ਆਈ ਵੀਰ ਅੱਗੇ ਕਿ ਇਹਨਾਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਤਾਂ ਕਿ ਆਪਾਂ ਡੈਡ ਬੋਡੀ ਨੂੰ ਇੱਥੇ ਵਾਪਸ ਮੰਗਵਾ ਸਕੀਏ ਅਤੇ ਉਹ ਵੈਸੇ ਵੀ ਇਹਨਾਂ ਦੀ ਮਾਲੀ ਸਹਾਇਤਾ ਕੀਤੀ ਜਾਵੇ ਜੇਕਰ ਤੁਸੀਂ ਆਮ ਆਦਮੀ ਪਾਰਟੀ ਦਾ ਆਪਣੀ ਸਰਕਾਰ ਨਾਲ ਗੱਲ ਕਰੋਗੇ ਹਾਂਜੀ ਅਸੀਂ ਜਗਰੂਪਾ ਜੀ ਨਾਲ ਅੱਜ ਗੱਲ ਕੀਤੀ ਸੀਗੀ ਉੱਥੋਂ ਬਲਾਕ ਪ੍ਰਧਾਨ ਕਾਮਰੇਡ ਅੰਕਲ ਆਏ ਸੀਗੇ ਇੱਥੇ ਉਹਨਾਂ ਨੂੰ ਮਿਲ ਕੇ ਗਏ ਆ ਉਹਨਾਂ ਨੂੰ ਡਾਕੂਮੈਂਟਸ ਵਗੈਰਾ ਦਿੱਤੇ ਸੀਗੇ ਉਹ ਕਹਿੰਦੇ ਕਿ ਮੈਂ ਜਗਰੂਪਾ ਜੀ ਨਾਲ ਗੱਲ ਕਰਕੇ ਸਾਰੀ ਕਾਰਵਾਈ ਕਰਕੇ ਅਸੀਂ ਵੱਧ ਮਤਲਬ ਕੋਸ਼ਿਸ਼ ਕਰਾਂ ਕੋਸ਼ਿਸ਼ ਹੀ ਮਤਲਬ ਕਿ ਵੱਧ ਤੋਂ ਵੱਧ ਉਪਰਾਲਾ ਕਰਾਂ ਕਿ ਡੈਡ ਬੋਡੀ ਜਿਹੜੀ ਘਰ ਆ ਸਕੇ